राजविंदर चाह लिया नहीं भैणा कल ही अजे बनाया है मेरा टाइम नहीं लगा तेरे घर देने जान का जा राजविंदर कौली भर के लिया एक तो घर बाकी जी भी खा लेंगे भैन जी वावा जापदा बिच समान पाया है हाँ बतेरा कुछ पाया वा मम्मी मैनू भी दियो ला तू भी खा ला चलो एहो कुछ तू हुंदा सियाल दे विच सीता खान दा बड़ा सवाद है अंदर ही कुंडा मार के खा जानी को इन भी आस नहीं होंगी मान तरीके दे बनाया मम्मी केड़ा चली आप इसे बेइज्जती कराउन बैठियां वा नी जा चुप करके ते भांडे मां जाके कर जा मम्मी ने नहीं जाना बैठे बेइज्जती करी आनी नी ते भैन जी आ ताड़ी कुड़ी दी जुबान बड़ी जे एदी थोड़ी जी जुबान घट करो कुड़ियां नहीं चंगियां लगदियां इन्ना बोलदियां कल नु व्याहुनी नहीं है तुसी ओनु वी जिन्ना मासा दित्ता ते लै जांदियां पखंड करदियां ने मावां तियां महां के जे नाले चीज दो नाले गल्ला सुनो ओही गल पी इथे केड़ा मन पक्का बनाया पी तुसी ਤਾਨੂੰ ਡੂੰਗਾ ਭਰ ਕੇ ਦਈਏ ਇਹ ਤਾਂ ਕਹਿੰਦੀ ਹੈ ਸਾਰਾ ਸਾਨੂੰ ਹੀ ਦੇ ਦਿਓ ਆਪ ਅੰਦਰ ਵੜ ਕੇ ਖਾ ਲੈਣੀ ਚੀਜ਼ ਤੇ ਹੋਰ ਨਾਲ ਗੱਲਾਂ ਕਰਨੀਆਂ ਚੱਲ ਚੁੱਕ ਰਾਜਵਿੰਦਰ ਰੱਖ ਅੰਦਰ ਨਹੀਂ ਖੜਿਆ ਤਾਂ ਨਾ ਸਹੀ ਹੋਰ ਕੀ ਆਪਾਂ ਖਾਵਾਂਗੇ ਦੋ ਦਿਨ ਹੋਰ ਇਹਨਾਂ ਨੂੰ ਖਵਾ ਦੇਣਾ ਆ ਆ ਵੀ ਲੈ ਜਾ ਆ ਪੋਟੀ ਪੜੀ ਆ ਇੰਨਾ ਬੋਲਦੀ ਹੈ ਨਾ ਕੋਈ ਕਹਿੰਦੀ ਗੱਲ ਨਹੀਂ ਮਾਸਾ ਨਹੀਂ ਸ਼ਰਮ ਕਰਦੀ ਹੈਗੀ ਬੜਾ ਗੁੱਸਾ ਚੜਿਆ ਮੈਨੂੰ ਇਹਦੇ ਤੇ ਲੈਣ ਤਾਂ ਡੂੰਗਾ ਭਰ ਕੇ ਮੇਰੀ ਗੱਲ ਸੁਣ ਤੈਨੂੰ ਕੀ ਲੋੜ ਸੀ ਉਹਨਾਂ ਕੋ ਮੰਗਣ ਦੀ ਵੀ ਮੈਨੂੰ ਜ਼ਿਆਦਾ ਦਿਓ ਚੁੱਪ ਕੀਤੀ ਰਹਿਣਾ ਸੀ ਨਾ ਤੂੰ ਮੰਮੀ ਦੇਣ ਕਿੰਨਾ ਘੜਿਆ ਸੀ ਇੰਨਾ ਕਿਤੇ ਦੇਣ ਦੇ ਸੀ ਨਾ ਹੀ ਕਰਨ ਦੇ ਸੀ ਕਿ ਮੈਂ ਤੁਹਾਨੂੰ ਦਿੱਤਾ ਵਾ ਮੇਰੀ ਗੱਲ ਸੁਣ ਤੁਹਾਨੂੰ ਮੈਂ ਇੰਨਾ ਕੋ ਬਣਾ ਬਣਾ ਖਵਾਲਦੀ ਆ ਬਥੇਰਾ ਤੁਹਾਡਾ ਕਾਲਾ ਮੂੰਹ ਕਰਦੀ ਆ ਚੀਜ਼ਾਂ ਬਣਾ ਬਣਾ ਕੇ ਤੇ ਢਿੱਡ 'ਚ ਸੁੱਟਦੀ ਆ ਪਰ ਤੁਹਾਨੂੰ ਨਹੀਂ ਗੀ ਲੱਗਦੀ ਨੀਂਦ ਹੀ ਨਹੀਂ ਗੀ ਰੱਜਦੀ ਤੁਹਾਡੀ ਤੇ ਕਿਤੇ ਥੋੜਾ ਕੁਝ ਖਾਣ ਨੂੰ ਮੈਂ ਤੁਹਾਨੂੰ ਦੇਨੀ ਆ ਜਾਣ ਕੇ ਤੁਸੀਂ ਉਹਨਾਂ ਦੇ ਘਰ ਜਾ ਕੇ ਭੁੱਖ ਖਲਾਰ ਨਹੀਂ ਹੁੰਦੀ ਆ ਮੰਮੀ ਭੁੱਖ ਤੇ ਨਹੀਂ ਸੀ ਖਲਾਰੀ ਮੈਂ ਤੇ ਉਦਾਂ ਹੀ ਗੱਲ ਕਰਦੀ ਸੀ ਉਹਦਾ ਮੈਨੂੰ ਕੀ ਪਤਾ ਸੀ ਹੁਣ ਇਦਾਂ ਬੋਲਣ ਦਾ ਆਪਣਾ ਘੜੀਓ ਤੇ ਕੋਈ ਨਹੀਂ ਜੇ ਉਹ ਬੋਲੀ ਆ ਨਾ ਤੇ ਮੈਂ ਵੀ ਉਹਨੂੰ ਬੜੀਆਂ ਸੁਣਾ ਕੇ ਆਈ ਆ ਮੈਂ ਤੇਰੀ ਕੁੜੀ ਦੀ ਜ਼ਬਾਨ ਬੜੀ ਓ ਗਿੱਟਿਆਂ ਤੱਕ ਲੰਮੀ ਓ ਇਹਨੂੰ ਕਲਾਉਣਾ ਨਹੀਂ ਉਹ ਬਗਾਨੇ ਕਰ ਚੰਗਾ ਹੋਇਆ ਮੰਮੀ ਹੋਰ ਸੁਣਾ ਕੇ ਆਉਣੀਆਂ ਸੀ ਨਹੀਂ ਸੁਣਾਈਆਂ ਜਿੰਨੀਆਂ ਕਿ ਮੇਰੇ ਕੋ ਸੁਣਾਈਆਂ ਗਈਆਂ ਕਿ ਤਾਈ ਜੀ ਉਹਨੂੰ ਕੁਝ ਕਹਿੰਦੀ ਨਹੀਂ ਹੈਗੀ ਵੀ ਫਿਰ ਵੇਂਦੀਆਂ ਸੀ ਮੇਰੇ ਮੂੰਹ ਵੱਲ ਦੋਵੇਂ ਮਾਵਾਂ ਤੀਆਂ ਤਾਈ ਨੇ ਮੰਮਾ ਪੂਏ ਬੜੀ ਚੜਾਈ ਅਸਲ 'ਚ ਪੂਏ ਚੜਾਈ ਆ ਤੇ ਆਪੇ ਨਜਿੱਠ ਦੀ ਫਿਰੂ ਕਿ ਮੁੜ ਕੇ ਤਾਈ ਸਾਨੂੰ ਕਾਹਦਾ ਚੜਾਈ ਆ ਤੇ ਤੂੰ ਜ਼ਬਾਨ ਥੋੜੀ ਘੱਟ ਬੋਲਿਆ ਕਰ ਚੰਗਾ ਮੰਮੀ ਮੈਂ ਤੇ ਬੋਲਦੀ ਕਿੱਥੇ ਆ ਮੈਂ ਤੇ ਬਸ ਉਹਨਾਂ ਕੀ ਕਿਹਾ ਸੀ ਮੰਮੀ ਰਾਜਵਿੰਦਰ ਇੰਨਾ ਸੋਹਣਾ ਸੂਟ ਸੀਂਦੀ ਆ ਪਤਾ ਨਹੀਂ ਹੁਣ ਉਹ ਆਪਣਾ ਵਾ ਕਿ ਜਾਂ ਸਵਾਈ ਤੇ ਆਇਆ ਵਾ ਮੇਰੀ ਗੱਲ ਸੁਣ ਉਹ ਪਤਾ ਕਿੰਨੇ ਵਧੀਆ ਕੰਮ ਕਰਦੀ ਆ ਕਿਤੇ ਸਿਲਾਈ ਉਹਨੂੰ ਐਡੀ ਵਧੀਆ ਆਉਂਦੀ ਆ ਨਾ ਕਿਤੇ ਜਾਂ ਜਿੱਦਾਂ ਦਾ ਮਰਜ਼ੀ ਉਹਦੇ ਕੋਲ ਸੂਟ ਸਵਾ ਲਾ ਮੈਂ ਤੈਨੂੰ ਵੀ ਕਹਿੰਦੀ ਹਾਂ ਵੀ ਤੂੰ ਵੀ ਸਿੱਖ ਲਾ ਕੁਛ ਤੂੰ ਵੀ ਕੱਲ੍ਹ ਨੂੰ ਸਹੁਰੇ ਜਾਣਾ ਆ ਓਹੋ ਮੰਮੀ ਮੈਂ ਨਹੀਂ ਆ ਸਿਲਾਈ ਸਲੂਈ ਸਿੱਖਣੀ ਨਾ ਸਿਲਾਈ ਨਾ ਕਢਾਈ ਮੇਰੇ ਲਈ ਜੇ ਮੁੰਡਾ ਲੱਭਣਾ ਨਾ ਜਾਂ ਤਾਂ ਸਰਕਾਰੀ ਨੌਕਰੀ ਵਾਲਾ ਲੱਭਿਓ ਜਾਂ ਬਾਹਰ ਵਾਲਾ ਮੈਂ ਇਹੋ ਜਿਹੇ ਕੰਮ ਨਹੀਂ ਕਰਨੇ ਸਹੁਰੇ ਜਾ ਕੇ ਕੰਮ ਤੇ ਸਹੁਰੇ ਜਾ ਕੇ ਨਾ ਕਰੀ ਆਪਣਾ ਤੇ ਕਰੇਂਗੀ ਨਾ ਕਿਸੇ ਦੇ ਘਰ ਤੇ ਨਾ ਤੁਰੀ ਫਿਰੇਂਗੀ ਸੂਟ ਲੈ ਕੇ ਮੰਮੀ ਜਦੋਂ ਹੋਣਾ ਹੀ ਸਰਕਾਰੀ ਨੌਕਰੀ ਵਾਲਾ ਜਾਂ ਬਾਹਰ ਵਾਲਾ ਮੇਰੇ ਕੋਲ ਪੈਸੇ ਖੁੱਲੇ ਹੋਣੇ ਮੈਂ ਮਜੇ ਨਾਲ ਸਵਾਈ ਤੇ ਸਵਾਇਆ ਕਰਾਂਗੀ ਉਹ ਕਿਸਮਤ ਦੀ ਗੱਲ ਆ ਜੇ ਕਿਸਮਤ 'ਚ ਹੋਏਗਾ ਚੰਗਾ ਤੇ ਫੇਰ ਹੀ ਹੈ ਨਾ ਤੇ ਤੁਸੀਂ ਲੱਭ ਕੇ ਦਿਓ ਨਾ ਲੱਭ ਕੇ ਤਾਂ ਮੈਂ ਦਵਾਂਗੀ ਪਰ ਗੱਲ ਤੇ ਫੇਰ ਜਾ ਕੇ ਕਿਸਮਤ ਤੇ ਹੀ ਮੁੱਕਦੀ ਆ ਨਾ ਉਹ ਮੰਮੀ ਛੱਡੋ ਇਹਨਾਂ ਗੱਲਾਂ ਨੂੰ ਤੁਹਾਡੇ ਨਾਲ ਕੋਈ ਗੱਲ ਕਰ ਲਓ ਸਹੀ ਤੁਸੀਂ ਤੇ ਸ਼ੁਰੂ ਹੀ ਹੋ ਜੰਨੇ ਆ ਤੇ ਮੈਂ ਚੱਲੀ ਸੂਟ ਵੇਖਣ
सूट वेखन जा उथे कोई चंगी माड़ी गल ना करी मुड़के आ जानी आ मुंह लमका के। ओ मैं नहीं करदी। मम्मी जी प्रीति किथे आ? वे ओ अपनी ताई घर गई हो। ताई घर? हाँ। मैं स्कूल दा काम करन नु दे के गया सी असाइनमेंट बनाउन नु। पता नहीं ओ मैनू उधर चल गई हो। मैं तो सुनिया लड़ाई हुई है, फिर चल गई उधर? वे मेरी गल सुन, न्याणी स्याणी हैगी आ, वह थोड़ा समझती है लड़ाई में, वह फिर दौड़ जाती है। वह जी कुड़ी दूजी है ना, वह चलाक बड़ी आ, वह पटक कर दी गल मूँह तो कह दें तो वेखी इन्हें हमने सड़ती भुज दी ने फिर आ जाना जो तो गल कोई ना कोई हो जाती है यदि। बस ठीक है, तुम लड़ाइया च रहो। दस मैनू कहता है तुम लड़ाइया च रहो, मैं कह दस लड़ाई करनी है। राजविंदर आ सूट की रहा वा? मेरा या? हाँ झूठ बोल रही है, सवाई ते आया होना? नहीं मेरा ही आ। ताई जी सच्ची रहा वा? हाँ सच्ची है ताई। क्यों मैं झूठ बोलन दी? मैं तो उदा ही पूछ लिया, ते ओ मेनू भी दना लिया दी, मैं तेनू पैसे दे दूंगी। क्यों तेनू शहर नहीं देखदा? ताई जी सवेरे सवेरे की खा लेंदी आ? सारी दिहाड़ी तत्ता ही बोलदी रहिंदी आ। ते ठीक ते ओ कहिंदी आ वी दुकान ते जाई शहर लियांदा वा, ते ओथे जाके दुकान तो सूट कढाई बन सोने उहना सूट कढ के देणे आ, ते लै आई जिहड़ा जी करेगा। एडा भी खास नहीं, मैं तो उदा ही कहन दी सी। किदा लूडा भड़का आई तो लूडा भड़का चल गई है, उदा सड़ जाती वेख के। आप तो इन्होंने कुछ लैना नहीं है, तो दूजा वाल वेख वेख सड़ी जाना वा। कपड़े तो ना गिले ही आ अजे, चलो पर ला लैनी है ना, फिर तो पै जानी रात में। हूँ नहीं मम्मी मैं इन्होंने घर जाया करना भी, हूँ ही हैगी सड़ी जी, हूँ की हो गया आ? मैं क्यों पूछ लिया सूट की था, अहे मेरा वा, मैं फिर मैनू भी किदा ला लिया, तेन मैं पैसे दे दूंगी। गाड़ियों डेबी बोलन तू राह नहीं होंगे, तुम दुकान से नहीं जाया जाता, आप नहीं तुम खरीद सकती हाँ, एक सूट तो ही ना लिया तो कि आकर आ गई आ भी। जो मैं तेन कहा भी ना जा, फिर कोई ना कोई गल उरी हो जानी है, तो तू फिर भुड़कती नहीं आ जाना, उ गल हो गई है ना। फिर मार के डी आई आ हो गया, वो हो गया, किन्नी वारी आख्या भी ना जाया कर। दीदी ਤੈਨੂੰ ਮੈਂ ਕਿਹਾ ਸੀ ਮੇਰੀ ਅਸਾਈਨਮੈਂਟ ਬਣਾਣੀ, ਬਣਾਈ ਆ? ਉਹ ਬਣਾ ਦੂੰਗੀ ਤੇਰੀ ਅਸਾਈਨਮੈਂਟ ਵੀ, ਹਰ ਵੇਲੇ ਅਸਾਈਨਮੈਂਟ ਕਰਦਾ ਰਹਿੰਦਾ ਵਾ। ਕਿੱਡੀ ਸੜੀ ਆ ਵੇ, ਕੀ ਗੱਲ ਹੋਈ, ਕੀ ਗੱਲ ਵਾ? ਉਹ ਜਿਹੜੀ ਮੇਰੇ ਨਾਲ ਲੜਦੀ ਰਹਿੰਦੀ ਹਰ ਵੇਲੇ, ਜੇ ਉਹਨਾਂ ਦੇ ਘਰ ਚੱਲ ਹੀ ਜਾਂਦੀ ਹੈ ਤੇ ਘੜੀ ਇੰਨਾ ਲੜਦੀ ਹੈ ਨਾ, ਬੋਲਦੀ ਰਹਿੰਦੀ ਉਹ, ਬੋਲਦੀ ਰਹਿੰਦੀ ਹੈ। ਤੈਨੂੰ ਕੌਣ ਆਂਦਾ ਉੱਧਰ ਜਾ, ਚੰਗਾ ਆਇਆ ਤੇਰੀ ਲੜਾਈ ਹੋਈ ਆ, ਐਦਾਂ ਹੀ ਚੱਲਦੀ ਹੈ। ਮੇਰਾ ਮੰਮੀ ਅੱਗੇ ਲੜਾਈ ਹੋਈ, ਹੁਣ ਫੇਰ ਲੜ ਕੇ ਆਈ ਹੋ, ਤਾਂ ਤਾਂ ਪੰਡਈ ਹੋਈ ਨਹੀਂ। ਤੇ ਮੰਮੀ ਉੱਧਰ ਜਾਣੇ ਕਿਉਂ ਆ, ਜੇ ਅੱਗੇ ਲੜਾਈ ਹੋਈ ਦੂਜੀ ਵਾਰੀ ਨਾ ਜਾਂਦੇ? ਮੈਂ ਤੇ ਉਹਨੂੰ ਕਹੀ ਨੀ ਨਾ ਜਾਇਆ ਕਰ, ਜੇ ਤੂੰ ਲੜਨਾ ਆ ਕੇ ਫਿਰ ਵੱਡੂ ਟੁੱਕੂ ਏਦਾਂ ਮੇਰੇ ਫਿਰ ਕੰਨ ਖਾਣ ਡੈ ਪੈਂਦੀ ਆ ਕੇ। ਮੈਂ ਸਵੇਰ ਦਾ ਕਿਹਾ ਮੇਰੀ ਅਸਾਈਨਮੈਂਟ ਬਣਾ ਦਿਓ, ਉਹ ਨਹੀਂ ਅਜੇ ਤੱਕ ਬਣੀ, ਸਵੇਰ ਦਾ ਕਿਹਾ ਸ਼ਾਮਾਂ ਤੱਕ। ਦੌੜੀ ਜਾਂਦੀ ਆ ਤੇ ਫਿਰ ਉੱਥੋਂ ਮਿੰਟੋ ਮਿੰਟ ਹੀ ਲੜਾਈ ਕਰਕੇ ਆ ਜਾਂਦੀ ਆ। ਮੈਂ ਤੇ ਸੂਟ ਹੀ ਵੇਖਣ ਗਈ ਸੀ, ਮੈਨੂੰ ਕੀ ਪਤਾ ਸੀ ਗਾੜੀਆਂ ਨੇ ਮੇਰੀ ਬੇਇੱਜ਼ਤੀ ਕਰ ਦੇਣੀ ਆ। ਮੈਂ ਇਹਨੂੰ ਘਰੋਂ ਕਿਹਾ ਸੀ, ਮੈਂ ਉੱਥੇ ਕੋਈ ਨਾ ਕੋਈ ਗੱਲ ਤੇਰੀ ਫੇਰ ਹੋ ਜਾਣੀ ਉਹਨਾਂ ਦੇ ਨਾਲ, ਉਹ ਗੱਲ ਹੋ ਗਈ ਕਿ ਨਹੀਂ ਗੀ? ਹੈ ਨਹੀਂ ਜੇ ਉਹ ਨਿਆਣੀ ਆ ਹੀ ਜਾਂਦੀ ਆ ਤੇ ਕੀ ਉਹਦੇ ਦੁਆਲੇ ਹੋ ਜਾਂਦੀਆਂ ਹੁੰਦੀਆਂ, ਜੇ ਕਹਿ ਰਹਿੰਦਾ ਉਹ ਜਾ ਕੇ ਰੋਣ ਖਪਣ ਡਈ ਆ ਕੁੜੀ। ਅਸੀਂ ਕਿਹੜਾ ਚਾਚੀ ਜੀ ਉਹਨੂੰ ਉਹ ਕਿਹਾ, ਅਸੀਂ ਤਾਂ ਨੋਰਮਲੀ ਗੱਲ ਕੀਤੀ ਸੀ ਵੀ ਉਹ ਸੂਟ ਕਹਿੰਦੀ ਸੀ, ਮੈਂ ਕਿਹਾ ਆਪ ਲੈ ਜਾ ਕੇ ਸਾਡਾ ਟਾਈਮ ਨਹੀਂ ਹੈਗਾ, ਮੈਨੂੰ ਕੀ ਪਤਾ ਉਹਨੇ ਨੋਰਮਲ ਗੱਲ 'ਤੇ ਗੁੱਸਾ ਕਰਕੇ ਬਹਿ ਜਾਣਾ ਆ। ਤੂੰ ਸਾਰਾ ਕੁਛ ਉਹਨੂੰ ਕਹਿੰਦੀ ਆ, ਤੂੰ ਉਹਨੂੰ ਨੋਰਮਲ ਨਹੀਂ ਕੀ ਕਹਿੰਦੀ, ਨਾ ਤੇਰੀ ਮਾਂ ਵੀ ਲੱਗ ਜਾਂਦੀ ਆ, ਦੋਵੇਂ ਮਾਵਾਂ ਧੀਆਂ ਤੁਸੀਂ ਮੇਰੀ ਕੁੜੀ ਦੀ ਬੇਇੱਜ਼ਤੀ ਕਰਦੀਆਂ ਜੇ। ਹਾਂ ਹਾਂ ਅਸੀਂ ਕੀ ਕਹਿਤਾ ਉਹਨੂੰ, ਇਹੋ ਕਿਹਾ ਵੀ ਜਾ ਕੇ ਦੁਕਾਨ 'ਤੇ ਜਾਇਓ, ਕੱਪੜੇ ਕਢਾ ਲਿਓ ਤੇ ਜਿਹੜਾ ਪਸੰਦ ਆਊ ਤੇ ਲੈ ਆਇਓ। ਜੇ ਗਿਆ ਯਾ ਤੇ ਤਾਂ ਹੀ ਉਹ ਇੰਨਾ ਰੋਣ ਖਪਣ ਡਈ ਆ। ਆਂਦੀ ਆ ਵੀ ਤੁਸੀਂ ਲਿਆ ਕੇ ਦਿਓ ਮੈਨੂੰ ਸੂਟ, ਮੈਂ ਤੁਹਾਨੂੰ ਪੈਸੇ ਦੇ ਦਿੰਦੀ ਆ, ਵੀ ਦੱਸ ਸਾਡੇ ਕੋਲ ਟਾਈਮ ਹੈਗਾ ਇੰਨਾ, ਉਧਰ ਆਪਣੇ ਕੱਪੜੇ ਸੀਣੇ ਹੁੰਦੇ ਨੇ, ਸਵਾਈ ਦੇ ਕੱਪੜੇ ਕਹਿ ਰਹੇ ਜਮਾ ਹੋਏ ਸਾਡੇ ਕੋਲ। ਬਥੇਰਾ ਮੈਂ ਇਹਨੂੰ ਵੱਢਣੀ ਆ ਵੀ ਇਹਨਾਂ ਦੇ ਘਰ ਨਾ ਜਾਇਆ ਕਰ, ਉਹ ਨਿਆਣੀ ਆ, ਮਾਰਦੀ ਛਾਲ ਤੇ ਫੇਰ ਤੁਹਾਡੇ ਘਰ ਆ ਜਾਂਦੀ ਆ। ਤੇ ਅਸੀਂ ਕਹਿੰਦੇ ਨਾ ਆਏ, ਬੇਇੱਜ਼ਤੀ ਕਰਾ ਕੇ ਤੇ ਫੇਰ ਚੱਲ ਜਾਂਦੀ ਆ ਤੁਹਾਡੇ ਕੋਲੋਂ। ਕਿਹਾ ਵੀ ਨਾ ਆਵੇ, ਬਥੇਰੀ ਜਵਾਨ ਆ ਤੇਰੀ ਕੁੜੀ ਦੀ ਵੀ। ਉਦਾਂ ਹੀ ਉਹਨਾਂ ਨੇ ਗੱਲ ਦਾ ਪਤੰਗੜ ਬਣਾਤਾ ਸੀ, ਕੁੱਖ ਨਹੀਂ ਗਿਆ, ਜਿਹੜੀ ਗੱਲ ਮੈਂ ਸੱਚੀ ਗੱਲ ਕਰਦੀ ਆ, ਮੀਣ ਪੂਰਾ ਨਹੀਂ ਕਰੀਦਾ ਉਹਨੂੰ ਉਹਦੇ ਵਾਂਗੂ। ਤੂੰ ਬਥੇਰਾ ਕੁਝ ਉਹਨੂੰ ਆਨੀ ਆ, ਚੰਗਾ ਜਦੋਂ ਜਾਏਂਗੇ ਸਹੁਰੇ ਆਪਾਂ ਤੇਰੀ ਮਾਂ ਪਤਾ ਲੱਗ ਜਾਣਾ। ਮਾਂ ਆ ਕੇ ਸੱਚੀ ਹੋ ਜਾਂਦੀ ਆ ਨਾ, ਵੀ ਫਿਰ ਕੀ ਕਹਿਤਾ ਵਾ, ਆਪਣੀਆਂ ਨਹੀਂ ਨਾ ਦੱਸਣੀਆਂ ਜਾ ਕੇ, ਸਾਡੀਆਂ ਟੱਲ ਤੇ ਚਾੜ ਦਿੰਦੇ ਆ। ਉਹੀ ਗੱਲ ਹੱਦੀ ਹੋ ਗਈ ਇਹਨਾਂ ਵਾਲੀ ਵੀ। ਮੰਮੀ ਮੈਂ ਪੁੱਛ ਕੇ ਹੁੰਦੀ ਨਾ ਵੀ ਭਲਾ ਮੈਂ ਤੈਨੂੰ ਕਿਹੜੀ ਗੱਲ ਕਹਿਤੀ, ਆਪਣੀ ਮੰਮੀ ਨੂੰ ਗੱਡੀ ਲੂਤੀ ਲਾ ਕੇ ਭੇਜਤਾ ਇੱਧਰ ਲੜਨ ਨੂੰ, ਮੈਂ ਹੁਣੇ ਉਹਨੀ ਪੁੱਛ ਕੇ ਨੀ ਕੀ ਉਹ ਨਾਲ ਲੜਨ ਚੱਲ ਚੱਲੀ ਉਹਨੇ ਵਾਰੇ ਹੁਣ ਦੇਣਾ ਤੈਨੂੰ। ਕਰੋ ਮੈਂ ਪੁੱਛ ਕੇ ਹੁੰਦੀ ਨਹੀਂ, ਉਹਨੇ ਨਹੀਂ ਵਾਰੇ ਹੁਣ ਦੇਣਾ, ਰਹਿਣ ਦੇ ਤੂੰ ਇੱਧਰ ਆ ਜਾ, ਨਹੀਂ ਕੋਈ ਫਾਇਦਾ ਨਹੀਂ ਤੇਰਾ ਉੱਥੇ ਜਾਣ ਦਾ, ਉਹਨਾਂ ਤੈਨੂੰ ਵਾਰੇ ਹੁਣ ਦੇਣਾ ਮਾਵਾਂ ਧੀਆਂ ਨੇ।
ਕੀ ਕਰੀਏ ਇਹਦਾ, ਇਹ ਹੁਣ ਉਹਨਾਂ ਨਾਲ ਜਾ ਕੇ ਮੱਥਾ ਮਾਰੂਗੀ ਤੇ ਨਾਲੇ ਲੜਾਈ ਕਰਕੇ ਆਏਗੀ, ਦੱਸ ਮੈਂ ਵੀ ਇਹਦਾ ਕੀ ਕਰਾਂ। ਇੱਥੇ ਵੇਖ ਕਿੱਦਾਂ ਵੀਡੀਓ ਵੇਖਣੀ ਤੇ ਵੇਖ ਵੇਖ ਦੰਦ ਕੱਢਣ ਦੀ, ਮਾਂ ਆਪਣੀ ਨੂੰ ਉੱਧਰ ਲੜਨ ਭੇਜਤਾ, ਤੈਨੂੰ ਕੀ ਕਹਿਤਾ ਸੀ, ਇੰਨੀਆਂ ਗੱਲਾਂ ਤਾਂ ਕਹੀਆਂ ਵੀ ਨਹੀਂ ਜਿੰਨੀਆਂ ਤੇਰੀ ਮਾਂ ਉੱਥੇ ਸੁਣਾ ਕੇ ਆ ਗਈ ਆ। ਮੈਂ ਹੁਣ ਤੈਨੂੰ ਕੀ ਕਹਿਤਾ ਵਾ ਕਿੱਦਾਂ ਲੜਨ ਆ ਗਈ ਆ? ਲੜਨਾ ਨਹੀਂ ਆ, ਇੰਨੀਆਂ ਫੂਕੀਆਂ ਦੇ ਦੇ ਭੇਜਦੀ ਆ, ਉੱਤੋਂ ਮੇਰਾ ਸੂਟ ਨਿੰਦ ਕੇ ਆ ਗਈ ਆ। ਨਹੀਂ ਉਹ ਤੇਰੇ ਸੂਟਾਂ ਤੇ ਆਈ ਆ, ਬਥੇਰੇ ਨੂੰ ਮੈਂ ਵਨਸੋਨੇ ਸੂਟ ਬਣਾ ਬਣਾ ਕੇ ਦੇਣੀ, ਇਹਦਾ ਤਾਂ ਉੱਦਾਂ ਹੀ ਤਾਂ ਰਾਜਿਆ ਨਹੀਂ ਗਾ ਸਗਾਰ ਦਾ। ਹੁਣ ਸੌਖੀ ਆ, ਮੈਨੂੰ ਗਾਲਾਂ ਪਵਾਤੀਆਂ ਹੀ ਆ, ਆਪਣੀ ਵਜ੍ਹਾ ਨਾਲ ਖਾਂਦੀ ਆ, ਮੇਰੀ ਵਜ੍ਹਾ ਨਾਲ ਨਹੀਂ ਖਾਂਦੀ। ਤੈਨੂੰ ਮੈਂ ਬੜਾ ਕਹਿੰਦੀ ਆ ਇਹਨੂੰ ਨਾ ਛੇੜਿਆ ਕਰ, ਉਹ ਇੱਕ ਗੱਲ ਦੇ ਨਾਲ 20 ਜਵਾਬ ਦੇ ਜਾਂਦੀ ਆ। ਆਪਣੇ ਘਰ ਵੀ ਬੋਲਦੀ ਆ, ਸਾਡੇ ਘਰ ਵੀ ਆ ਕੇ ਸਾਨੂੰ ਬੋਲ ਜਾਂਦੀ ਆ, ਆ ਕਿੱਦਾਂ ਦੀ ਕੁੜੀ ਆ? ਤੈਨੂੰ ਭੁਲੇਖਾ ਵਾ ਕਿੱਦਾਂ ਦੀ ਕੁੜੀ ਆ? ਤੈਨੂੰ ਨਹੀਂ ਪਤਾ ਵੀ ਇੰਨਾ ਬੋਲਦੀ ਆ ਉਹ? ਮੰਮੀ ਤੁਸੀਂ ਤੇ ਮੇਰੇ ਦਿਵਾਲੇ ਹੋ ਜਾਂਦੇ ਆ, ਅੱਗਾ ਦੀ ਕਹਿੰਦੀ ਹੋ ਕਿ ਦਿਵਾਲੇ ਤੁਸੀਂ ਮੇਰੇ ਹੋ ਜਾਂਦੇ ਆ। ਤੂੰ ਹੁਣ ਉੱਧਰ ਜਾ ਕੇ ਤੇ ਉਹਨਾਂ ਦੇ ਸੂਟਾਂ ਦਾ ਨਾਂ ਲਈ ਸਹੀ, ਕੀ ਗੱਲ ਤੈਨੂੰ ਮੈਂ ਘੱਟ ਵੱਲ ਸੁਣੇ ਪਾਉਂਦੀ ਆ ਸੂਟ? ਮੈਂ ਤੇ ਉਦਾਂ ਹੀ ਕਹਿ ਦਿੱਤਾ ਸੀਗਾ, ਮੈਨੂੰ ਕੀ ਪਤਾ ਸੀ ਉਹਨੇ ਘਰੇ ਆ ਕੇ ਲੜਦਾ ਬਣਾ ਫੇਰ। ਤੇ ਫੇਰ ਲੜ ਗਈ ਕਿ ਨਹੀਂ ਘਰ ਆ ਕੇ? ਫੇਰ ਚੁੱਪ ਕਰਕੇ ਤੇ ਬਹਿ ਜਾ ਕਰ, ਹੁਣ ਤੂੰ ਜਾਈ ਸਹੀ ਉੱਧਰ, ਵੇਖੀ ਤੇਰੀਆਂ ਲੱਤਾਂ ਕਿੱਦਾਂ ਤੋੜਦੀਆਂ, ਉੱਠ ਕੇ ਤੇ ਚੱਲ ਭਾਂਡੇ ਮਾਂਜ, ਤੇ ਮੈਂ ਵੀ ਕੋਈ ਕੰਮ ਕਰਨਾ। ਲੜਾਈ ਦਾ ਬੋਲ ਦੇ ਸਾਸੀ ਹੋ ਦੀਦੀ, ਨਹੀਂ ਕਿੱਧਰ ਅੱਜ ਬੜੀ ਗੁੱਸੇ 'ਚ ਤੁਰੀ ਫਿਰਨ ਰਹੀ ਆ? ਕੋਈ ਨਹੀਂ, ਬਸ ਇੱਧਰ ਆਈ ਸੀ ਮਾੜਾ ਜਿਹਾ। ਪਾਲਕ ਵੱਢਣ ਡਏ ਜੇ? ਹਾਂ ਪਾਲਕ ਨਹੀਂ ਵੱਢਣ, ਮੈਂ ਵੀ ਪਾਲਕ ਲੈਣੀ ਆਈ ਹਾਂ। ਕੋਈ ਨਹੀਂ, ਉਹ ਦੂਜੀ ਕਿਆਰੀ 'ਚ ਬਥੇਰੀ ਪਾਲਕ ਆ, ਉਹ ਤੂੰ ਲੈ ਜਾਈ ਉੱਥੋਂ। ਹਾਂਜੀ, ਕੀ ਗੱਲ ਹੋਈ? ਰਾਜਵਿੰਦਰ ਬੜੀ ਗੁੱਸੇ 'ਚ ਜਾਣ ਡਈ ਸੀ। ਨਹੀਂ ਰਾਜਵਿੰਦਰ ਦਾ ਤੈਨੂੰ ਪਤਾ ਤਾਂ ਹੈਗਾ ਹੀ ਆ, ਦੋ ਗਿੱਠਾਂ ਲੰਮੀ ਜ਼ਬਾਨ ਵਾ ਉਹਦੀ, ਕਿਤੇ ਏਦਾਂ ਹੀ ਬੋਲ ਬਾਲ ਕੇ ਉਹ ਕੁੜੀ ਨਿਆਣੀ ਦੇ ਨਾਲ ਤੇ ਦੌੜ ਗਈ। ਆਹੋ, ਸਾਡੇ ਘਰ ਵੀ ਬੜੀ ਆਵਾਜ਼ ਜਾਂਦੀ ਹੈ ਇਹਦੀ, ਲੜਦੀ ਦੀ। ਨਹੀਂ ਜ਼ਬਾਨ ਪਤਾ ਦੀ ਕਿੱਡੀ ਆ ਇਸ ਕੁੜੀ ਦੀ, ਮਾਂ ਤਾਂ ਕਿਤੇ ਮਾਸਾ ਡੱਕਦੀ ਨਹੀਂ ਗੀ, ਮਾਂ ਨੂੰ ਉਦਣ ਪਤਾ ਲੱਗਣਾ ਆ ਜਿੱਦਣ ਸਹੁਰੇ ਗਈ ਨਾ ਤੇ ਪੰਚਾਇਤਾਂ ਖੜਿਆ ਕਰੂ, ਫਿਰ ਇਹਨੇ ਮੇਰੇ ਵਰਗੀ ਨੂੰ ਆਖਣਾ ਕਹਿੰਦਾ ਤੂੰ ਹੀ ਨਾਲ ਚੱਲ, ਤੇ ਫਿਰ ਮੈਂ ਤਾਂ ਨਹੀਂ ਨਾਲ ਤੁਰਨਾ, ਮੈਨੂੰ ਤਾਂ ਪਤਾ ਹੋਣਾ ਵੀ ਇਹਦੀ ਜ਼ਬਾਨ ਬੜੀ ਆ। ਆਹੋ ਭੈਣ ਜੀ, ਭੂਏ ਤਾਂ ਵਾਕਿਆ ਬੜੀ ਚੜ੍ਹਾਈ ਆ, ਆਪੇ ਪਤਾ ਲੱਗ ਜੂ ਜਦੋਂ ਬਗਾਨੇ ਘਰ ਜਾਊਗੀ। ਨਹੀਂ ਇੱਥੇ ਰੌਲਾ ਪੈ ਕੇ ਸਰ ਜਾਂਦਾ ਆ, ਜਦੋਂ ਬਗਾਨੇ ਘਰ ਰੌਲਾ ਪਾਇਆ ਨਾ ਫਿਰ ਪਤਾ ਲੱਗਣਾ ਆ, ਉਹਨਾਂ ਨੇ ਕੁੱਤੋਂ ਫੜ ਕੇ ਤੇ ਮਾਰਨੀ ਚੁੱਕ ਗਏ ਇੱਥੇ, ਵੀ ਲੈ ਜਾਓ ਇਹਨੂੰ ਏਡੀ ਜ਼ਬਾਨ ਵਾਲੀ ਨੂੰ। ਨਹੀਂ ਛੱਡੋ ਭੈਣ ਜੀ ਇਹਦੀਆਂ, ਇਹਦੀਆਂ ਤਾਂ ਮਹੀਨਾ ਕਰਦੇ ਰਹੇ ਤਾਂ ਵੀ ਨਹੀਂ ਮੁੱਕਣੀਆਂ, ਲਿਆਓ ਕਰ ਦੋ ਤੇ ਮੈਂ ਵੀ ਵੱਡਾ ਪਾਲਕ। ਲੈ ਫੜ ਵੱਢ ਲਾ, ਮੈਂ ਵੀ ਕੋਈ ਕੰਮ ਕਰਾਂ। ਘੱਟ ਤੇ ਵੀ ਨਹੀਂ ਉਹ ਹੈਗੀਆਂ, ਉਹਦੀਆਂ ਤਾਂ ਬੜੀ ਛੇਤੀ ਦੱਸ ਦਿੰਦੀਆਂ, ਆਪਣੀਆਂ ਦੱਸਦੀਆਂ ਹੀ ਨਹੀਂਗੀਆਂ, ਬਦਨਾਮ ਉਹਨੂੰ ਕਰ ਛੱਡਿਆ ਹੈਂ। ਤੇਜ਼ ਤੇ ਵੀ ਬੜੀਆਂ ਹੀ ਆ, ਉਹਦਾ ਤਾਂ ਮੈਨੂੰ ਪਤਾ ਵਾ, ਉਹਦੇ ਮੂੰਹ 'ਤੇ ਗੱਲ ਮਾਰ ਦਿੰਦੀ ਆ, ਪਰ ਇਹ ਅੰਦਰੋਂ ਅੰਦਰੀ ਮਾਵਾਂ ਧੀਆਂ ਛੁਰੀਆਂ ਚਲਾਉਂਦੀਆਂ ਰਹਿੰਦੀਆਂ ਵਾ। ਅੱਜ ਮਸ਼ੀਨ ਨਹੀਂ ਰੱਖੀ? ਮੰਮੀ ਯਾਰ ਠੰਡ ਬੜੀ ਆ, ਮੇਰਾ ਨਹੀਂ ਜੀ ਖਾਂਦਿਆ। ਲੈ ਮੇਰੀ ਧੀ ਆ ਗਈ। ਸਤਿ ਸ਼੍ਰੀ ਅਕਾਲ ਮੰਮੀ ਜੀ। ਸਤਿ ਸ਼੍ਰੀ ਅਕਾਲ, ਨਾ ਜਾਣਾ ਵੀ ਲਿਆਂਦਾ ਨਾ ਪ੍ਰਾਹੁਣਾ ਹੀ ਆਇਆ। ਮੰਮੀ ਉਹਨਾਂ ਨੂੰ ਕੰਮ ਸੀਗਾ ਤੇ ਨਿਆਣੇ ਠੰਡ ਦੇ ਵਿੱਚ, ਮੈਂ ਕਿਹਾ ਕੀ ਕੱਢਣੇ ਆ, ਰੁਕੇ ਬੜੇ ਸੀ, ਬਿਮਾਰ ਸੀ ਕੇ ਤਾਂ ਕਰਕੇ ਮੈਂ ਨਿਆਣੇ ਨੂੰ ਲੈ ਕੇ ਆਈ, ਫਿਰ ਇੱਥੇ ਟੇਕਦੇ ਤੇ ਹੈ ਨਹੀਂ ਆ, ਤੁਹਾਨੂੰ ਵੀ ਪਤਾ ਠੰਡ ਤੋਂ ਡਰਦਿਆਂ ਨੀ ਕੀਤਾ, ਨਾਲੇ ਮੈਂ ਗੁਰਪੁਰਬ ਲੰਘ ਜਾਏ। ਚੰਗਾ ਕੀਤਾ ਆ ਗਿਆ ਤੇ ਦੁੱਧ ਹੈਗਾ ਵਾ ਨਾ ਹੁਣ ਵਾਧੂ, ਠੀਕ ਆ। ਅੱਜ ਮੈਂ ਖੋਆ ਮਾਰ ਲਈ ਤੇ ਮੈਂ ਤੇ ਕੱਲ ਨੂੰ ਲੈ ਕੇ ਜਾਣਾ ਆ, ਮੈਂ ਤਾਂ ਆਈ, ਕੱਲੀ ਨਿਆਣੇ ਤਾਂ ਨਹੀਂ ਲੈਂਦੇ ਸਤਾਉਂਦੇ ਬੜਾ ਫਿਰ। ਆਹੋ ਤੋ ਆ, ਤਿੰਨਾਂ ਡੰਗਾਂ ਦਾ ਦੁੱਧ ਹੋਊਗਾ ਤੇ ਫੇਰ ਹੀ ਮਾਰ ਕੇ ਖੜੇਗੀ ਨਾ। ਕੋਈ ਨੀ ਚਾਚੀ ਵੱਲੋਂ ਲੈ ਲਾਂਗੇ, ਜਾ ਪਹਿਲਾਂ ਚਾਚੀ ਵੱਲੇ ਬਾਲਟੀ ਭਰ ਕੇ ਦੁੱਧ ਦੀ ਲੈ ਆ, ਦਊ ਤੈਨੂੰ ਚੰਗੀ ਤਰ੍ਹਾਂ ਹੀ। ਤੂੰ ਕਹੀ ਤਾਂ ਕਹਿਣ ਨਹੀਂ ਆ, ਬੜੀ ਸੜੀ ਪਈ ਆ, ਤੈਨੂੰ ਚੇਤਾ ਭੁੱਲ ਗਿਆ ਉਦੋਂ ਦਾ ਜਦੋਂ ਆਪਣੇ ਘਰ ਲਵੇਰਾ ਹੈ ਨਹੀਂ, ਤੇਰੀ ਮੱਝ ਸੂਈ ਸੀ ਤੇ ਕਹਿੰਦੀ ਮੇਰੇ ਵੱਲੋਂ ਦੁੱਧ ਲੈ ਜਾ ਕਰੋ, ਇੱਕ ਡੰਗ ਕਿਤੇ ਇੱਕ ਗਲਾਸ ਦੁੱਧ ਤਾਂ ਨਹੀਂ ਦਿੱਤਾ, ਭਰ ਡੇਰੀ 'ਚ ਪਾ ਕੇ ਆਉਂਦੀ ਸੀ, ਇਹ ਨਹੀਂ ਕਿਹਾ ਵੀ ਇੱਕ ਟਾਈਮ ਬੋਲੀ ਬਣਾ ਲੈਣਗੇ। ਉਹ ਚੱਲ ਕੋਈ ਨਹੀਂ ਆ, ਉਦੋਂ ਮੈਂ ਕੁਆਰੀ ਸੀ, ਉਦੋਂ ਗੱਲਾਂ ਹੋਰ ਸੀ ਜਿੱਦਾਂ ਹੁਣ ਤੂੰ ਆ, ਹੁਣ ਤੇ ਮੈਂ ਵਿਆਹੀ ਵਰੀ ਆ, ਹੁਣ ਗੱਲ ਹੋਰ ਹੋਣੀ ਆ, ਹੁਣ ਮੈਂ ਜਾਊਂਗੀ ਤੇ ਉਹਨੇ ਦੇ ਹੀ ਦੇਣਾ ਆ। ਹਾਂ ਦਊ ਤੈਨੂੰ ਬਾਲਟੀ ਭਰ ਭਰ ਕੇ, ਕੁੜੀ ਉਹਰੀ ਨੇ ਦੂਜੇ ਦਿਨ ਆਣ ਕੇ ਇੱਧਰ ਕਲੇਸ਼ ਪਾਇਆ ਹੁੰਦਾ ਵਾ। ਮੈਂ ਜਦੋਂ ਹੀ ਆਵਾਂ ਤੁਹਾਡਾ ਇਹੋ ਹੀ ਹਾਲ ਰਹਿੰਦਾ ਆ,
ਤੁਸੀਂ ਤਾਂ ਹਰ ਵਾਰੀ ਕਲੇਸ਼ ਜਿਹਾ ਹੀ ਪਾ ਕੇ ਰੱਖ ਛੱਡਦੇ ਜੇ, ਪੰਜ ਸੋਲਾਂ ਸਫਾਈ ਨਾਲ ਵੀ ਰਹਿੰਦੇ ਕਿ ਨਹੀਂ? ਨਹੀਂ, ਐਵੇਂ ਇਸ ਦਿਨ ਜੀ ਮਾਰਨ ਰਹੀ ਆ, ਆਉਂਦੀ ਤਾਂ ਹੈਗੀ ਆ, ਜੀ ਕਰੇ ਤਾਂ ਹੁਣੇ ਨਿਕਲ ਆ ਗਏ। ਠੀਕ ਆ ਠੀਕ ਆ, ਮੈਂ ਤਾਂ ਆਖਿਆ ਘਰੇ ਠੱਪ ਕੀਤਾ ਆ ਕੰਮ। ਨਹੀਂ ਨਹੀਂ, ਆ ਜਾਂਦੀ ਆ। ਚਲੋ ਫਿਰ ਕਰੀਏ ਸ਼ੁਰੂ ਆਪਾਂ ਕੰਮ। ਚਲੋ ਕੋਈ ਗੱਲ ਨਹੀਂ, ਕੰਮ ਵੀ ਸ਼ੁਰੂ ਹੋ ਜਾਂਦਾ, ਪਹਿਲਾਂ ਚਾਹ ਪਾਣੀ ਤਾਂ ਪੀ ਲਓ, ਬੈਠੋ ਤੁਸੀਂ, ਮੈਂ ਚਾਹ ਬਣਾ ਲਿਆ ਵਾਂ। ਚੱਲ ਠੀਕ ਆ, ਲੈ ਗਈ ਆ। ਖੋਆ ਮਾਰਨ ਮੈਂ ਕਿਹਾ ਚਲੋ ਇੱਕ ਦਿਨ ਇਹਨਾਂ ਕੋਲ ਦੁੱਧ ਲੈ ਕੇ ਤੇ ਖੋਆ ਮਾਰ ਲੈਂਦੀ ਹਾਂ, ਪਰ ਇਹ ਆਉਂਦੇ ਵੀ ਦੋ ਦਿਨ ਰਹਿਣਾ ਪੈਣਾ ਆ, ਦੁੱਧ ਇਕੱਠਾ ਕਰਨਾ ਪੈਣਾ ਕਿ ਘਟਿਆ ਵਾ ਦੁੱਧ ਮੱਝਾਂ ਦਾ। ਪਰ ਮੈਨੂੰ ਚਾਚੀ ਜਵਾਬ ਨਾ ਦਿਓ, ਜੇ ਤੁਹਾਡੇ ਕੋਲ ਦੁੱਧ ਹੈਗਾ ਵਾ ਨਾ, ਤਲੇ ਵੇਰਾ ਤੁਹਾਡੇ ਘਰ ਵੀ ਆ ਬਥੇਰਾ, ਤੇ ਮੈਨੂੰ ਹੁਣ ਇੱਕ ਡੰਗ ਦਾ ਦੁੱਧ ਤੁਸੀਂ ਦੇ ਦਿਓ ਇਕੱਠਾ ਕਰ ਕਰਕੇ ਸਾਰਾ, ਤੇ ਮੈਂ ਖੋਆ ਮਾਰ ਕੇ ਤੇ ਜਾਣਾ ਵਾ, ਮੇਰੇ ਨਿਆਣੇ ਮੈਂ ਘਰ ਛੱਡ ਕੇ ਆਈ ਆ। ਸੰਦੀਪ, ਦੁੱਧ ਤੇ ਇੰਨਾ ਘਰ ਬਹੁਤ ਆ, ਕਿਤੇ ਘੱਟ ਗਿਆ ਹੋਣਾ ਕਿਲੋ ਦੋ ਕਿਲੋ, ਇੰਨਾ ਥੋੜੀ ਕਿਤੇ ਦੁੱਧ ਘੱਟ ਜਾਂਦਾ ਆ। ਤੇ ਕੋਈ ਗੱਲ ਨੀ, ਜੇ ਤੂੰ ਮਾਰਨਾ ਵਾ ਨਾ ਖੋਆ, ਤੇ ਤੂੰ ਮੇਰੇ ਵੱਲ ਆ ਜਾ, ਜਿੰਨਾ ਮਰਜ਼ੀ ਤੂੰ ਖੋਆ ਮਾਰ, ਪਰ ਇੱਕ ਗੱਲ ਹੈਗੀ ਉਹ ਮੰਮੀ ਤੇਰੀ ਦੀ, ਮੈਂ ਕਦੀ ਮਿਰਸੀ ਲੈਣ ਆਈ ਹਾਂ ਇਹਨਾਂ ਦੇ ਘਰ, ਮੈਨੂੰ ਤੋੜ ਕੇ ਜਵਾਬ ਦਿੱਤਾ ਸੀ। ਚਾਚੀ ਜੀ, ਮੰਗੀ ਭਲਾ ਕਿਸ ਕੰਮ ਲਈ ਸੀ ਮਿਕਸੀ? ਖੰਡ ਪੀ ਲਈ ਨਾ, ਖੰਡ ਪੀਤਿਆਂ ਮਿਕਸੀ ਖਰਾਬ ਹੋ ਜਾਂਦੀ ਆ, ਇੰਨੀ ਗੱਲ ਹੀ ਕਹੀ ਸੀ, ਹੋਰ ਤਾਂ ਵੱਧ ਕਿਹਾ ਹੀ ਨਹੀਂ ਆਪਾਂ ਤੁਹਾਨੂੰ। ਨਹੀਂ, ਗੱਲ ਤਾਂ ਮੈਂ ਤੇਰੀ ਮਾਂ ਨਾਲ ਕਰਨ ਰਹੀ ਹਾਂ, ਤੇ ਤੇਰਾ ਕੀ ਮਤਲਬ ਵਿੱਚ ਬੋਲਣ ਦਾ, ਮਾਂ ਤੇਰੀ ਕੂਵੇ ਨਾ ਕੂਵੇ, ਤੂੰ ਵਿੱਚ ਪਹਿਲਾਂ ਕੂੰ ਡਹਿ ਪੈਂਦੀ ਆ, ਇੰਨੀ ਤੇਰੀ ਜ਼ਬਾਨ ਵਧਾਈ ਆ ਕਿਤੇ। ਭੈਣ ਜੀ, ਜਾਂ ਤਾਂ ਆਪਣੀ ਕੁੜੀ ਨੂੰ ਸਮਝਾ ਲਓ, ਇਹ ਬਹੁਤ ਬੋਲਦੀ ਜੀ ਹਰ ਇੱਕ ਗੱਲ ਦੇ ਵਿੱਚ, ਨਹੀਂ ਤਾਂ ਮੈਂ ਤੁਹਾਡੇ ਘਰ ਆਉਣਾ ਛੱਡ ਦੇਣਾ ਜੇ। ਨਹੀਂ, ਕੁੜੀ ਨੇ ਤੈਨੂੰ ਕੀ ਕਹਿਤਾ, ਤੂੰ ਵੀ ਤੇ ਇੱਕ ਪੁਰਾਣੀਆਂ ਗੱਲਾਂ ਪੁੱਟ ਪੁੱਟ ਕੇ ਤੇ ਅੱਗੇ ਰੱਖਣ ਡਈ ਆ, ਤੇ ਤੂੰ ਉਹਦਾ ਗੱਲ ਕਰ ਲੈਣੀ ਜਦੋਂ ਮੈਂ ਮਿਕਸੀ ਨਹੀਂ ਦਿੱਤੀ ਹੈਗੀ, ਉਹ ਤਾਂ ਖੰਡ ਕਰਕੇ ਨਹੀਂ ਦਿੱਤੀ ਹੈਗੀ, ਤੁਹਾਡੇ ਦਿਲ 'ਚ ਉੱਦਾਂ ਨਹੀਂ ਉਹ ਚੀਜ਼ ਦਿੰਦੇ ਹੈਗੇ, ਢਿੱਡ 'ਚ ਗੱਲਾਂ ਰੱਖਣੀਆਂ ਨੇ ਛੇ ਮਹੀਨਾ ਬਾਅਦ ਸਾਲ ਬਾਅਦ ਮਨ 'ਚੋਂ ਕੱਢਣੀਆਂ ਨੇ, ਆਹ ਵੀ ਗਲਤ ਤਰੀਕਾ ਵਾ। ਨਹੀਂ, ਕਰ ਤਾਂ ਮੈਂ ਉਦੋਂ ਹੀ ਦੇਣੀ ਸੀ, ਮੈਂ ਵੀ ਢਿੱਡ 'ਚ ਰੱਖੀ ਸੀ, ਮੈਂ ਵੀ ਇਹੋ ਹੀ ਸੋਚਿਆ ਵੀ ਜਦੋਂ ਕੋਈ ਵੇਲਾ ਆਵੇਗਾ ਨਾ ਉਦੋਂ ਹੀ ਕਰੂੰਗੀ। ਛਦੈਣ ਤਾਂ ਉਹ ਆ ਜਿਹੜੀ ਦੁੱਧ ਤੇਰੇ ਕੋਲ ਮੰਗਣ ਡਈ ਆ, ਕੀ ਲੋੜ ਹੈ ਇਹਨੂੰ ਮੰਗਣ ਦੀ, ਦੋ ਦਿਨ ਰਹਿ ਲਿਆ ਤੇ ਮੈਂ ਦੁੱਧ ਤੇ ਖੋਆ ਨਾ ਮਾਰ ਕੇ ਦਊਂਗੀ ਇਹਨੂੰ। ਚਾਚੀ ਜੀ ਮੰਨ ਗਏ ਤੁਹਾਡੀ ਹੁਸ਼ਿਆਰੀ ਨੂੰ, ਨਾ ਹਾਂ ਕੀਤੀ ਤੇ ਨਾ ਕੀਤੀ, ਜੇ ਦੀਦੀ ਨੇ ਦੁੱਧ ਮੰਗ ਹੀ ਲਿਆ ਸੀ ਤੂੰ ਤਾਂ ਕਲੇਸ਼ ਪਾ ਕੇ ਬਹਿ ਗਏ ਆ। ਨਹੀਂ, ਤੂੰ ਚੁੱਪ ਕੀਤੀ ਰਿਹਾ ਕਰ, ਤੂੰ ਤੇ ਅੱਗੇ ਹੀ ਬੜੀ ਵੱਧ ਵਾ, ਉਹ ਜਿਹੜੀ ਕੁੜੀ ਆ ਨਾ ਉਹ ਨੀ ਮੇਰੇ ਅੱਗੇ ਬੋਲਦੀ, ਨਾ ਉਹ ਮੈਨੂੰ ਜਵਾਬ ਦਿੰਦੀ ਆ, ਜਦੋਂ ਸਹੁਰੇ ਵੱਸ ਕੇ ਆਵੇਗੀ ਨਾ ਉਦੋਂ ਪੁੱਛੂ ਤੇਰੀ ਮਾਂ ਨੂੰ। ਲੈ ਦੱਸ, ਮੈਂ ਕਹਦੀ ਆਈ ਤੇ ਲੜਾਈ ਦਾ ਖੋਆ ਹੀ ਵੱਜ ਗਿਆ ਆ। ਛੱਡ ਦੀਦੀ, ਇੱਥੇ ਇਹ ਕੰਮ ਹੋਇਆ ਹੀ ਰਹਿੰਦਾ ਵਾ, ਇੱਥੇ ਆ ਲੜਾਈਆਂ ਦੇ ਖੋਏ ਵੱਜੇ ਹੀ ਰਹਿੰਦੇ ਆ, ਤੂੰ ਛੱਡ ਪਰਾਂ, ਜਿੰਨਾ ਘਰੇ ਦੁੱਧ ਆ ਨਾ ਖੋਆ ਮਾਰ ਕੇ ਲੈ ਜਾ, ਜੇ ਤੈਨੂੰ ਇਹਨੇ ਇੱਕ ਵਾਰੀ ਖੋਆ ਮਾਰ ਦਿੱਤਾ ਨਾ, ਇਹਨੇ ਸਾਰੇ ਰਿਸ਼ਤੇਦਾਰਾਂ ਨੂੰ ਸੁਣਾਉਣਾ ਆ ਕਿ ਫਿਰ ਇਹਨਾਂ ਦੀ ਕੁੜੀਆ ਹੀ ਮੈਂ ਖੋਆ ਮਾਰ ਕੇ ਦਿੱਤਾ, ਕੁੜੀਆ ਹੀ ਖੋਆ ਮਾਰ ਕੇ ਦਿੱਤਾ, ਤੂੰ ਚੁੱਪ ਕਰਕੇ ਤੇ ਇੱਥੋਂ ਹੀ ਮਾਰ ਕੇ ਤੇ ਚੱਲ ਜਾ। ਖੋਆ ਮਾਰਨਾ ਤੇ ਤੂੰ ਮੈਨੂੰ ਦੁੱਧ ਦੇ, ਤੇ ਫਿਰ ਮੈਂ ਵੀ ਨਾ ਇਹਨਾਂ ਨੂੰ ਚੰਗੀਆਂ ਸੁਣਾ ਕੇ ਆਈ ਆ, ਮੈਂ ਆਪਣੀ ਵਾਰੀ ਤੇ ਕਿਤੇ ਚੀਜ਼ ਦੇ ਮਾਸਾ ਨੀ ਲਿਹਾਜ਼ ਕਰਦੀਆਂ, ਇਹਨਾਂ ਨੂੰ ਚੀਜ਼ ਕਹਿ ਦੋ ਨਾ ਕੋਈ ਦੇ ਦੋ, ਦਿੰਦੀਆਂ ਵੀ ਤੋੜ ਤੋੜ ਕੇ ਜਵਾਬ, ਚੰਗਾ ਜਵਾਬ ਦੇ ਕੇ ਆਈ ਹੋ ਮੈਂ ਵੀ, ਤੇ ਮੈਂ ਭਾਂਡੇ ਨਾ ਕੀਤੀ ਲੜਾਈ, ਮੈਂ ਕਰਕੇ ਆਵਾਂ ਗੱਲ, ਨਾ ਤੂੰ ਕੀ ਕਰਨੀ ਆ, ਮੈਂ ਦੇ ਆਈ ਉੱਥੇ ਜਵਾਬ, ਮੈਂ ਕਿਹਾ ਇੱਕ ਦੁੱਧ ਦੇਈਏ ਆਪਣੇ ਵਾਰੀ ਤੇ ਕੋਈ ਚੀਜ਼ ਮੰਗ ਲਓ, ਉਸੇ ਵੇਲੇ ਕਹਿ ਦੇਣਗੇ ਨਹੀਂ ਨਹੀਂ ਸਾਡੇ ਕੋਲ ਹੈ ਨੀ, ਸਾਡੇ ਕੋਲ ਹੈ ਨੀ, ਮੈਂ ਕੰਮ ਨਿਬੇੜ ਆਈ ਹਾਂ, ਬੜਾ ਵਧੀਆ ਕੀਤਾ, ਆਖਣ ਗਿਆ ਤਾਂ ਨਾ ਮੈਨੂੰ ਹੁਣ, ਤੇ ਉਹ ਰਹਿਣਾ ਨੇਮ ਦੀਦੀ ਨੇ ਕਿ ਨਹੀਂ? ਆਂਦੀ ਰਹਿਣਾ ਦੋ ਤਿੰਨ ਦਿਨ, ਦੁੱਧ ਇਕੱਠਾ ਕਰਨਾ ਵਾ। ਮੰਮੀ ਏਦਾਂ ਕਰੂੰਗੀ ਮੈਂ, ਸ਼ਾਮਾਂ ਜੀਆਂ ਨੂੰ ਜਾ ਕੇ ਮਿਲਾਂਗੀ। ਨਹੀਂ ਮੇਰੀ ਗੱਲ ਸੁਣ, ਮੈਂ ਤਾਂ ਆਪ ਉੱਥੋਂ ਮਹਾਂ ਕੰਨੀ ਛਡਾ ਕੇ ਆਈ ਹਾਂ, ਤੂੰ ਨੀਗਾ ਮਿਲਣ ਜਾਣਾ, ਅਤੇ ਜੇ ਜਾਣਾ ਵੀ ਆ ਨਾ ਜਦੋਂ ਖੋਆ ਮਾਰ ਲੇਗੀ ਨਾ ਫਿਰ ਜਾਣਾ ਹੀ। ਚਲੋ ਠੀਕ ਆ, ਕੋਈ ਨਾ ਉਦੋਂ ਚੱਲ ਜੂਗੀ। ਆਹੋ, ਨਹੀਂ ਉਹਨੇ ਫਿਰ ਚਿੰਬੜ ਜਾਣਾ ਸਾਨੂੰ। ਉਹ ਠੀਕ ਆ, ਕਿੱਡੀ ਤੰਗ ਹੋ ਜਾਂਦੀ ਆ ਮੰਮੀ, ਉਦੋਂ ਮੈਂ ਤੁਹਾਡੇ ਨਾਲ ਗੱਲ ਕਰਾਂ, ਤੁਸੀਂ ਮੇਰੇ ਦੁਆਲੇ ਹੀ ਹੋ ਜਾਂਦੇ ਜੀ। ਮੈਨੂੰ ਪਤਾ ਨਾ ਤੇਰੀ ਆਦਤ ਦਾ, ਤੂੰ ਤਾਂ ਹੁਣੇ ਦੌੜ ਜਾਣਾ ਹੈ। ਹਾਏ ਰੱਬਾ, ਮੰਮੀ ਨੂੰ ਮੇਰੇ ਤੇ ਯਕੀਨ ਹੈ ਹੀ ਨਹੀਂ ਨਾ ਹੈਗਾ। ਯਕੀਨ ਮੈਨੂੰ ਕਿੱਥੋਂ ਹੋਏ, ਪਾ ਕੇ ਫਿਰ ਨੇ ਪੰਗਾ ਉਹ ਪਾ ਦੇਣਾ ਵਾ। ਉਹ ਚੰਗਾ ਨਹੀਂ ਜਾਂਦੀ, ਜਾ ਮੈਨੂੰ ਝਾੜੂ ਮਾਰ ਲੈਣ ਦਿਓ। ਚੱਲ ਮਾਰ ਲਾ ਮੰਮੀ, ਇੱਕ ਵਾਰੀ ਸ਼ੁਰੂ ਹੋ ਜਾਣ ਸਹੀ।
ਸਿਰ ਨਹੀਂ ਹਟਦੇ। ਲੈ ਅੱਜ ਤੇ ਬੜਾ ਟੌਰ ਮਾਰਿਆ, ਇਹਦੇ ਪਛਾਣੀ ਨਹੀਂ ਜਾਣ ਦੀ। ਤਾਰਿਕ ਨੂੰ ਤੁਸੀਂ ਛੱਡੋ, ਮੰਮੀ ਨੂੰ ਤਿਆਰ ਕੀਤਾ ਹੀ, ਫਿਰ ਆਪਾਂ ਜਾਣਾ ਵੀ ਆ। ਉਹ ਨਹੀਂ ਯਾਰ, ਮੰਮੀ ਨੂੰ ਮੈਂ ਕਿਹਾ ਸੀ ਤੇ ਮੰਮੀ ਕਹਿੰਦੇ ਤੁਸੀਂ ਉਹ ਕੋਈ ਗੱਲ ਨਹੀਂ। ਨਹੀਂ ਫਿਰ ਮੈਂ ਵੀ ਨਹੀਂ ਜਾਣਾ ਹੈਗਾ, ਜਾਓ ਤੁਸੀਂ ਕਰ ਲਓ ਮੰਮੀ ਨੂੰ ਤਿਆਰ। ਕਿਉਂ, ਕੀ ਗੱਲ ਆ? ਮੰਮੀ ਨੂੰ ਨਾਲ ਹੀ ਲੈ ਕੇ ਜਾਣਾ ਆ, ਆਪਾਂ ਸ਼ਾਮ ਨੂੰ ਛੇਤੀ ਮੋੜ ਆਵਾਂਗੇ ਨਾ। ਜ਼ਰੂਰੀ ਜਾ ਕੇ ਜਾਣਾ ਜਾਣਾ ਨਾਲ। ਹਾਂਜੀ, ਮੈਂ ਤਾਂ ਰਹਿਣ ਦੇ ਕੋਈ ਗੱਲ ਨਹੀਂ, ਘਰ ਵੀ ਕੋਈ ਚਾਹੀਦਾ ਹੀ ਆ। ਨਹੀਂ ਤੁਸੀਂ ਜਾਓ ਕਰੋ ਤਿਆਰ ਫਿਰ। ਚੱਲ ਠੀਕ ਹੈ, ਮੈਂ ਮੰਮੀ ਨੂੰ ਮੈਂ ਕਹਿੰਦਾ ਤੂੰ ਹੋ ਜਾ ਤਿਆਰ ਜਿਹੜਾ। ਹਾਂ ਜਾਓ, ਹੈਂ ਛੇਤੀ ਕਰ ਲਿਓ ਯਾਰ। ਕੀ ਗਾਂਡੇ ਮੰਮੀ? ਮਸਾਲਾ ਡਈ ਪੁੱਤ ਕੁਦਰਨ। ਅੱਛਾ, ਤੇ ਮੇਰੀ ਗੱਲ ਸੁਣੋ, ਹੋਵੋ ਤਿਆਰ ਚੱਲੀਏ ਆਪਾਂ ਵੀ ਵਾਂਡੇ। ਮੈਂ ਪੁੱਤ ਕੀ ਕਰਨ ਜਾਣਾ ਵਾ, ਤੁਸੀਂ ਜਾਓ ਦੋਏ ਜੀ। ਮੇਰੀ ਗੱਲ ਸੁਣੋ, ਉਹ ਕਹਿਣ ਡਈ ਕਹਿੰਦੀ ਮੰਮੀ ਨੂੰ ਵੀ ਨਾਲ ਲੈ ਕੇ ਜਾਣਾ ਵਾ, ਤੇ ਕੋਈ ਗੱਲ ਨਹੀਂ ਤੁਸੀਂ ਹੋ ਜਾਓ ਤਿਆਰ, ਆ ਜਾਵਾਂਗੇ ਆਪਾਂ ਅੱਜ ਹੀ ਸ਼ਾਮਾਂ ਤੱਕ। ਮੈਂ ਰੱਖਿਆ ਤੁਸੀਂ ਤਿਆਰ ਹੋਏ, ਤੁਸੀਂ ਚੱਲ ਜਾਓ। ਇਹ ਵੀ ਤੇ ਨਾ ਕੁੜੀ ਕਿਤੇ ਇੱਡੀ ਪੁੱਤਰ ਚੰਗੀ ਆ ਨਾ, ਕਿਤੇ ਆਂਦੀ ਜਿੱਥੇ ਨਹੀਂ ਉੱਥੇ ਮੰਮੀ ਨਾਲ ਲੈ ਕੇ ਹੀ ਜਾਵਾਂ। ਹਾਂ ਨਹੀਂ ਨਹੀਂ ਮੰਮੀ, ਚੰਗੀ ਤੇ ਬੜੀ ਆ, ਤੇ ਉਹ ਵੀ ਹੁਣ ਤੁਹਾਨੂੰ ਪਤਾ ਜਿੱਦ ਕਰਕੇ ਬਹਿ ਗਈ ਆ, ਉਹ ਕਹਿੰਦੀ ਮੈਂ ਨਾਲ ਲੈ ਕੇ ਜਾਣਾ ਹੀ ਜਾਣਾ ਮੰਮੀ ਨੂੰ। ਮੈਂ ਤਾਂ ਕਿਹਾ ਸੀ, ਮੈਂ ਕਿਹਾ ਮੰਮੀ ਕਹਿੰਦੇ ਆ ਵੀ ਨਹੀਂ ਕੋਈ ਗੱਲ ਨਹੀਂ ਤੁਸੀਂ ਜਾਓ ਦੋਵੇਂ ਜਾਣੇ। ਕਿਤੇ ਰੱਬ ਵੱਲੋਂ ਕਿਤੇ ਪੁੰਨ ਮੋਤੀ ਪੁੰਨ ਕੀਤੇ ਨੇ, ਜਿਹੋ ਜਿਹੀ ਨੂੰਹ ਜੁੜ ਗਈ ਆ ਮੈਨੂੰ। ਹਾਂ ਇਹ ਤਾਂ ਗੱਲ ਸਹੀ ਆ, ਤੇ ਹੋ ਜਾਓ ਤਿਆਰ ਤੁਸੀਂ। ਚੱਲ ਫਿਰ ਜਿੱਦ ਕਰਦੀ ਤੇ ਫਿਰ ਹੋ ਜਾਂਦੀ ਆ ਪੁੱਤ। ਆਹੋ ਨਹੀਂ ਹੋ ਜਾਓ, ਕੋਈ ਨਹੀਂ ਕਹਿਣ ਡੀ ਉਹ, ਤੇ ਨਾ ਕੇ ਫਿਰ ਇਹਨੂੰ ਗੁੱਸਾ ਕਰਨਾ। ਚੰਗਾ ਚੰਗਾ ਚੰਗਾ, ਹੋ ਜਾਂਦੀ ਆ। ਹਾਂ ਮਿੰਟ ਮਾਰਿਓ ਜਰਾ, ਫਿਰ ਚੱਲੀਏ, ਟਾਈਮ ਨਾਲ ਤੇ ਟਾਈਮ ਨਾਲ ਆ ਜਾਾਂਗੇ। ਚੱਲ ਫਿਰ ਆ ਲੈ, ਮੈਂ ਨਹੀਂ ਫਿਰ ਕੁਦਰਦੀ। ਆਹੋ ਇੰਨੀ ਜਿੱਦ ਕਰਦੀ ਇਹਦੇ ਧੀ ਮੇਰੀ। ਆਜੋ ਆਜੋ ਲਿਆ ਪੁੱਤ ਫਿਰ ਕੱਪੜੇ, ਮੈਂ ਹੋ ਹੀ ਜਾਣਾ ਤਿਆਰ। ਮੈਂ ਤਾਂ ਕਹੀ ਤੁਸੀਂ ਇਕੱਲੇ ਹੋ ਆਉਂਦੇ ਸਗੋਂ ਚੰਗਾ ਸੀ ਪੁੱਤ। ਨਹੀਂ ਮੰਮੀ ਜੀ, ਤੁਹਾਨੂੰ ਪਤਾ ਮੈਂ ਇਕੱਲੀਆਂ ਤੇ ਜਾਣਾ ਨਹੀਂ ਹੁੰਦਾ, ਤੇ ਤੁਹਾਨੂੰ ਇਕੱਲਿਆਂ ਘਰ ਛੱਡ ਕੇ ਨਹੀਂ ਮੈਂ ਜਾਣਾ, ਨਾਲ ਹੀ ਲੈ ਕੇ ਜਾਣਾ ਆ, ਤੇ ਘਰੇ ਤੁਸੀਂ ਇਕੱਲਿਆਂ ਨੇ ਕੀ ਕਰਨਾ ਆ, ਗੱਲਾਂ ਮਾਰ ਬਾਤਾਂ ਮਾਰਦੇ ਚੱਲ ਜਾਂਗੇ ਤੇ ਸ਼ਾਮਾਂ ਨੂੰ ਛੇਤੀ ਘਰ ਆ ਜਾਵਾਂਗੇ। ਚੱਲ ਠੀਕ ਹੈ ਫਿਰ, ਜਿਸ ਤਰ੍ਹਾਂ ਤੂੰ ਆਨੀ ਆ। ਆ ਲਓ ਆਹ ਪਾਓ ਸੂਟ ਨਵਾਂ ਜਿਹੜਾ ਸਮਾਇਆ ਵਾ। ਇਹ ਪਾਲਾ? ਹਾਂਜੀ ਆਹ ਵਾਲਾ ਪਾਓ। ਆ ਲਓ ਠੀਕ ਹੈ, ਆ ਲਓ ਨਾਲ ਆਹ ਸਟੋਲ ਲੈ ਲਓ। ਦੋਹਰਾ ਨਾ? ਹਾਂਜੀ ਦੋਹਰਾ ਲੈ ਲਓ, ਸੋਹਣਾ ਲੱਗਦਾ ਵਾ ਨਾ। ਹੈਲੋ ਠੰਡਾ ਰਹਿਣ ਦੋ ਤੁਸੀਂ, ਠੰਡ ਬੜੀ ਆ, ਤੁਸੀਂ ਏਦਾਂ ਕਰੋ ਚਾਹ ਬਣਾ ਲਓ। ਲੈ ਗਰਮ ਕਰਕੇ ਲਿਆਦਾ ਫਿਰ ਠੰਡਾ? ਨਹੀਂ ਨਹੀਂ ਚਾਹ ਬਣਾ ਲਓ, ਗਰਮੀ ਹੋਣੀ ਹੋਈ। ਚੱਲ ਠੀਕ, ਚੱਲ ਕੋਈ ਨੀ ਚਾਹ ਬਣਾ ਲਓ। ਆ ਜਾ ਰਾਜਿੰਦਰ, ਆਪਾਂ ਗੱਲਾਂ ਬਾਤਾਂ ਕਰਦੇ ਰਹਿੰਦੇ, ਚਾਹ ਬਣਾਉਂਦੇ ਇਹਨਾਂ ਨੂੰ ਕਰ ਲੈਂਦੇ ਗੱਲਾਂ ਬਾਤਾਂ। ਚਲੋ ਚਲੋ। ਕੁਛ ਨੀ, ਏਦਾਂ ਵਿਹਲੀ ਬੈਠੀ ਹਾਂ, ਮੈਨੂੰ ਪਤਾ ਲੱਗਾ ਭੈਣ ਜੀ ਹੋਣੀ ਆਏ ਆ, ਮੈਂ ਚੱਲ ਮਿਲ ਕੇ ਆਉਣੀ ਆ। ਹੋਰ ਕਿੱਦਾਂ ਕੁੜੀ ਸਾਡੀ ਦਾ? ਫਿਰ ਕੁੜੀ ਦਾ ਤੁਹਾਨੂੰ ਕੀ ਦੱਸਾਂ, ਮੈਨੂੰ ਤੁਸੀਂ ਕੀ ਦੱਸਣਾ ਆ, ਮੈਨੂੰ ਤੇ ਪਹਿਲਾਂ ਹੀ ਪਤਾ ਆ, ਗਿੱਠ ਲੰਮੀ ਜ਼ਬਾਨ ਆ ਕੁੜੀ ਦੀ, ਹੁਣ ਲੱਗੋ ਇਹਦੀ ਮਾਂ ਨੂੰ ਪਤਾ।